ਪੱਠੇ ਦੀ ਉਹਨੇ ਪ੍ਰੋਸੈਸ ਮੈਂ ਇਨਵੋਲਵ ਰਿਹਾ ਸੀ 70 ਕਲਫਟਨ ਹੈ 71 ਕਲਫਟਨ ਮੈਂ ਜੇ ਮੈਂ ਟਿਕਟ ਦੇ ਨੂੰ ਫੈਸਲਾ ਕਰੂੰ ਉਹਨੇ ਮੈਂ ਮੁੱਖੇ ਟਿਕਟ ਨਾ ਮਿਲੀ ਮੇਰੇ ਕੋਲ ਮਲਿਕ ਸਾਹਿਬ ਹੋ ਉਹਨੇ ਕੀ ਟਿਕਟ ਮਿਲੀ ਉਹਨੇ ਤਾਂ ਰਹਿਜੀ ਵਿਯੋਸ ਉਹਨੇ ਖਾਂ ਪੋਇ ਜਿਤੇ ਵੀ ਚਾਂਸ ਮਿਲਦੋ ਅਪਲਾਈ ਕੰਦੋਸ ਪਰ ਮਤਲਬ ਚਾਂਸ ਮਿਲਿਓ ਕੋਨ ਉਹਨੇ ਖਾਂ ਪੋਇ ਇੱਕ ਨਿਜ਼ਾਮ ਅਲੀ ਸਾਹਿਬ ਹੋ ਗਫੂਰ ਨਿਜ਼ਾਮ ਅਲੀ ਸਾਹਿਬ ਜੋ ਪ੍ਰੋਬਬਲੀ ਸ਼ੋਰਟ ਹੋ ਉਹ ਗੁਜ਼ਾਰੇ ਵਿਯੋ ਤਾਂ ਮਾਤਲੀ ਦੀ ਸੀਟ ਖਾਲੀ ਥੀ ਹੋਈ 88 ਖਾਂ ਪੋਇ ਉਹਨੇ ਮੈਂ ਵੀ ਜੰਪ ਇਨ ਕਰਨ ਦੀ ਕੋਸ਼ਿਸ਼ ਕੀ ਪਰ ਰਾਈਟਲੀ ਵਾਈਜ਼ਲੀ ਮੋਹਤਰਮਾ ਟਿਕਟ ਨਾ ਡਿੱਲੀ ਛੋ ਤਾਂ ਮੁੰਹੋ ਕੰਟ੍ਰੀਬਿਊਸ਼ਨ ਕੋਨ ਪਾਰਟੀ ਮੈਂ ਉਹਨੇ ਵਕਤ ਆਏ ਨਾ ਰਾਈਟ ਹੋ ਮੁੰਹੋ ਆਏ ਮਾਂ ਮੂੰ ਪੈਂਜੀ ਗ੍ਰੀਡ ਮੈਂ ਅਕੜ ਮੈਂ ਲਾਲਚ ਮੈਂ ਅਪਲਾਈ ਤਾਂ ਕਯੋ ਆਏ ਹਿਕੜੋ ਦਾ ਫੋਰਮ ਹੋ ਸੈਨੇਟ ਜੀ ਵੀ ਟਿਕਟ ਲਾਇ ਅਪਲਾਈ ਕਯੋ ਉਹਨੇ ਮੈਂ ਵੀ ਮੂੰਖੇ ਨਾ ਮਿਲੀ ਛੋ ਜੋ ਮਿਲਣੀ ਨਾ ਹੋਈ ਪਰ ਉਹ ਅਟੈਂਪਟ ਨੇ ਕਰੇ ਕਯੋ ਜੋ ਆਉਂ ਥੋੜੋ ਪਾਰਟੀ ਉਹਨੇ ਮੈਂ ਵੀ ਫਿਗਰ ਆਊਟ ਥੀ ਸਕਾਂ ਤਾਂ ਬਈ ਹਿਕੜੋ ਮਾਣੋ ਆਏ ਉਹ ਮਤਲਬ ਆਏ ਕੁਦਰਤ ਜੇਕੇ ਵੀ ਫੈਸਲਾ ਕਰਦੀ ਆ ਉਹ ਮੈਂ ਯਕੀਨਨ ਕਰਨਾ ਕਾ ਬਿਹਤਰੀ ਹੁੰਦੀ ਆ ਉਹ ਜਦੋਂ ਮੂੰ 88-9 ਮੈਂ ਸ਼ੂਗਰ ਮੈਂ ਲਗਾਇਆ ਚਾਹੀ ਤਾਂ ਉਹਨੇ ਵਕਤ ਬੈਸਟ ਅਵੇਲੇਬਲ ਜੇਕੋ ਏਰੀਆ ਹੋ ਉਹ ਜੋ ਬਦੀਨ ਜੋ ਵਜੇ ਤੇ ਮੁੰਜੀ ਮਿਰਜ਼ਾ ਸ਼ੂਗਰ ਮੈਂ ਲਗਾ ਲਿਆ ਤਾਂ ਉੱਤੇ ਮੂੰ ਮਿਲ ਲਗਾਇਣ ਸ਼ੁਰੂ ਕਰੇ ਐਂ ਉਹਨਾਂ ਨੇ ਧਿਆਨ ਮੈਂ ਬਦੀਨ ਜ਼ਿਲ੍ਹੇ ਜਾ ਬਈ ਐਮ ਐਨ ਏ ਲੋਟਾ ਥੀ ਵਿਆ ਬਸ਼ੀਰ ਹਾਲਰ ਪੋਟੋ ਜੇਕੋ ਇਨ ਸੀਟ ਤਾਂ ਹੋ ਜਿੱਤਾਂ ਜੇ ਮਿਲਕ ਲਗਾਏ ਐਂ ਬੇ ਤੇ ਅਬਦੁੱਲਾ ਹਾਲੇ ਪੋਟੋ ਪਲਸ ਉਹਨਾਂ ਜ਼ਮਾਨੇ ਮੈਂ ਡਿਸਟ੍ਰਿਕਟ ਮੈਂ 4 MPs ਵਾ ਹਾਣੇ 5 4 ਵਾ ਹਿਕੜੋ ਬਸ਼ੀਰ ਲਗਾਰੀ ਸਾਹਿਬ ਗੁਜ਼ਾਰੇ ਵਿਓ ਤਾਂ ਉਹਨੇ ਜੀ ਜਾਇ ਤੇ ਪੀਰ ਸਾਹਿਬ ਪਾਗਾਰੇ ਜੋ ਪੁੱਟ ਅੱਛੀ ਵਿਓ ਆਈ ਉਹਨੇ ਜੈ ਨਮੂਨੇ ਮੈਂ ਇਲੈਕਸ਼ਨ ਕਹੀ ਐਂ ਖਟੇ ਵਿਆ ਉਹ ਉਤਾਂ ਖੱਟੇ ਉਹ ਮਿਨਿਸਟਰ ਥੀ ਉਹ ਟੰਡੇ ਬਾਗੇ ਵਾਲੀ ਸੀਟ ਤਾਂ ਪੀਰ ਅਲੀ ਬਹਾਦਰ ਸ਼ਾਹ ਸਾਹਿਬ ਮਖਦੂਮ ਖਲੀਕ ਥੇ ਸੈਨੇਟ ਮੈਂ ਜਾਮ ਸਾਦੀ ਕੇ ਲਈ ਬਿਹਾਰੇ ਹੋ ਤਾਂ ਉਹ ਉਹਨੇ ਜੋ ਪ੍ਰੋਪੋਜ਼ਰ ਥੀ ਵਿਓ ਤਾਂ ਉਹ ਵੀ ਪਾਰਟੀ ਖਾਂ ਆਊਟ ਥੀ ਵਿਓ ਉਹ ਵੀ ਸਿਟਿੰਗ ਐਮ ਪੀ ਓ ਫਰੋਮ ਬਦੀਨ ਆਏ ਬਿਓ ਡਾਕਟਰ ਸਿਕੰਦਰ ਬੰਦਲੋ ਸਾਹਿਬ ਉਹ ਹਾਰਾ ਚੁੱਕੋ ਹੋ ਤੇ ਜੇਕਰ ਉਹ ਐਮ ਪੀ ਏ ਕੋਨ ਉਤਾਂ ਇਸਮਾਇਲ ਰਾਹੂ ਹੋ ਐਮ ਪੀ ਏ ਹਿਕੜੀ ਸੀਟ ਤਾਂ ਅਸਾਂ ਵਟ ਸਜੇ ਦਿੱਲੀ ਮੈਂ ਫਕਤ ਹਿਕੜੋ ਨੰਡੜੋ ਜੇਕੋ ਅਸਾਂਜੋ ਆਏ ਹਾਜੀ ਸਾਹਿਬ ਗਫੂਰ ਨਿਜ਼ਾਮਾਣੀ ਉਹਨੇ ਕਿ ਸ਼ਾਬਾਸ਼ ਹੁਜੇ ਜੋ ਉਹ ਹਿਕੜੋ ਪ੍ਰੈਸ਼ਰ ਬਰਦਾਸ਼ਤ ਕਰੇ ਪਾਰਟੀ ਮੈਂ ਬੀਠੋ ਰਹਿਓ ਜੋ ਆਲਮੋਸਟ ਅਸਾਂਜੇ ਜ਼ਿਲ੍ਹੇ ਮੈਂ ਕਾ ਰਿਪ੍ਰੈਜੈਂਟੇਸ਼ਨ ਅਸਾਂ ਵਟ ਬਚੀ ਕਾਨ ਤੇਜੇ ਕਰੇ ਹਿਕੜੋ ਵੈਕਿਊਮ ਹੋ ਤੇ ਜਾਨ 93 ਜੀ ਇਲੈਕਸ਼ਨ ਅਨਾਊਂਸ ਥੀ ਤਾਂ ਉਹਨੇ ਮੈਂ ਮੂਵੀ ਐਪਲੀਕੇਸ਼ਨ ਦੇ ਦੀ ਛੋ ਜੋ ਉੱਤੇ ਉਹ ਸਲੋਟ ਖਾਲੀ ਹੋ ਐਮ ਐਨ ਏ ਜੋ ਆਈ ਟੂ ਮਾਈ ਗੁੱਡ ਲੱਕ ਉਤਾਂ ਕਹਿ ਜੀ ਵੀ ਦੇ ਇਤਫਾਕ ਹੈ ਜੋ ਉਹ ਪਾਰਟੀ ਜੇ ਹਿਕੜੀ ਸੀਟ ਲਾਇ 20-25 ਦਰਖਾਸਤ ਅੱਜ ਬਦੀਨ ਸਿੱਲੋ ਜੇਕੋ ਪੀਪਲਸ ਪਾਰਟੀ ਜੋ ਸਰੇ ਘੱਟ ਲਾੜਕਾਣੋ ਪਰ ਲਾੜਕਾਣੇ ਜੇਤਰੋ ਯਾਉ ਚੌਂਤ ਹੋ ਤਾਂ ਪੀਪਲਸ ਪਾਰਟੀ ਜੋ ਗੜ ਰਹੇ ਹੋਏ ਹਮੇਸ਼ਾ ਖਾਂ ਬੁੱਟੇ ਸਾਹਿਬ ਜੇ ਜ਼ਮਾਨੇ ਖਾਂ ਵਟੀ ਤਾਂ ਉੱਤੇ ਇਤਫਾਕ ਸਾਂ ਸ਼ਾਇਦ ਮੁੰਜੀ ਕਿਸਮਤ ਮੈਂ ਹੋ ਯੋ ਜੋ ਉਤਾਂ ਕਾ ਵੀ ਉਹਨੇ ਐਮ ਐਨ ਏ ਸੀਟ ਤੇ ਐਪਲੀਕੇਸ਼ਨ ਕਹਿੰਜੀ ਵੀ ਖਾਂ ਹੋਏ ਉਹ ਮੁੰਜੀ ਅਕੇਲੇ ਜੀ ਇਹਨੇ ਕਰਿਆ ਕੰਸੀਡਰ ਤੁਸੀਂ ਮਾਣੋ ਅਲਾਈ ਦਿਸ ਟਾਈਮ ਸ਼ਾਇਦ ਡਰਾਪ ਟੂ ਯੂ ਬਾਏ